इस वक्त असीं पहुंचे हैं सिद्धू मूसेवाला दे घर और सिद्धू मूसेवाला दे माता चरण कौर साडे नाल मौजूद ने ते इस वक्त जाया जा रहा है जिहड़ा गुरुद्वारा साहिब दे वल हुण किथे जाणा मैं गुरुद्वारा साहिब दोनों गुरुद्वारा साहिब साडे तो शुभ दिन निमित्त पाठ रखाए गए ने असीं गुरुद्वारा साहिब जा रहे हां अज बहुत भावुक दिन है किवें जिहड़े ओहदे फैंस तुसीं किवें याद कर ਸਾਨੂੰ ਤਾਂ ਸਾਲ ਹੀ ਹੋ ਗਿਆ ਤੜਫਦੇ ਨੂੰ ਉਸਨੇ ਸਾਹਿਬ ਫੈਨ ਜੋ ਮਾਂ ਪਿਓ ਜੋ ਵੀ ਸਕੇ ਸੰਬੰਧੀ ਨੇ ਸਾਲ ਹੀ ਹੋ ਗਿਆ ਤੇ ਬਸ ਅੱਜ ਜਾਣੀ ਕਿ ਥੋੜਾ ਜਿਹਾ ਹੋਰ ਜ਼ਿਆਦਾ ਔਖਾ ਹੋ ਰਿਹਾ ਜਸਟਿਸ ਇਨਸਾਫ ਹਲੇ ਵਿੱਚ ਅਧੂਰਾ ਪਿਆ ਹੁਣ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਗੱਲ ਹੋ ਰਹੀ ਹੈ ਕੀ ਕਹਿ ਰਹੇ ਜਸਟਿਸ ਸਾਰਾ ਇਸ ਨੂੰ ਸਾਰਿਆਂ ਨੂੰ ਦਿਸ ਰਿਹਾ ਹੈ ਜਸਟ ਦੇ ਬਾਰੇ ਤਾਂ ਮੈਂ ਕੁਝ ਬੋਲਣਾ ਵੀ ਨਹੀਂ ਚਾਹੁੰਦੀ ਤੇ ਜਿਹੜੇ ਬਾਪੂ ਜੀ ਨੇ ਉਹ ਅੱਜ ਸ਼ਰੀਕ ਨਹੀਂ ਹੋ ਰਹੇ ਪਰ ਉੱਥੇ ਇੰਗਲੈਂਡ ਦੇ ਵਿੱਚ ਵੀ ਪ੍ਰੋਗਰਾਮ ਨੇ ਅੱਜ ਹਾਂ ਇੰਗਲੈਂਡ ਵੀ ਜੀ ਕਾਫੀ ਪ੍ਰੋਗਰਾਮ ਨੇ 27 ਤਰੀਕ ਦੇ ਚੱਲੇ ਹੋਏ ਆ ਤੇ ਅੱਜ ਸਮਾਪਤੀ ਹੋ ਜਾਣੀ ਹੈ ਸ਼ਾਇਦ ਬਸ ਇੱਕ ਦੋ ਦਿਨ ਤੱਕ ਆ ਜਾਣਗੇ ਮਤਲਬ ਅਸੀਂ ਦਰਦ ਸਮਝ ਸਕਦੇ ਹਾਂ ਮਾਂ ਦਾ ਤਾਂ ਪਰ ਇਸ ਕਰਕੇ ਸ਼ਬਦ ਵੀ ਨਹੀਂ ਹੁੰਦੇ ਇਹੋ ਜਿਹੇ ਟਾਈਮ 'ਤੇ ਬੋਲਣ ਦੇ ਲਈ ਪਰ ਤੁਹਾਡੇ ਲਈ ਬਹੁਤ ਔਖਾ ਹੈ ਗਵਾਇਆ ਬਹੁਤ ਕੁਛ ਉਹ ਤਾਂ ਕਮਾਈ ਜਾਣਦੀ ਹੈ ਜਾਂ ਜਿਹਦੇ ਨਾਲ ਉਹਦੇ ਸੰਬੰਧ ਸੀ ਮੇਰੇ ਉਹਦੇ ਚਾਹੁਣ ਵਾਲੇ ਜਿਹੜਾ ਨੂੰ ਸਾਲ ਹੋ ਗਿਆ ਤੜਫਦਿਆਂ ਨੂੰ ਇਹਨਾਂ ਦੇ ਮੂੰਹ ਭੰਨੀ ਦੇਖੀ ਜਾਂਦੇ ਨੂੰ ਵੀ ਇਨਸਾਫ ਅੱਜ ਵੀ ਮਿਲੂ ਅੱਜ ਵੀ ਮਿਲੂ ਪਰ ਨਹੀਂ ਢਿੱਲ ਬਹੁਤ ਵੱਡੀ ਵਰਤ ਰਹੇ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਆਲਣਿਆਂ ਬਾਰੇ ਪਿਛੇ ਭੋਗਤੇ ਵੀ ਇਹਨਾਂ ਨੇ ਬੱਚਿਆਂ ਨੇ ਆਲਣਿਆਂ ਦਾ ਮਤਲਬ ਲੰਗਰ ਹੀ ਸਮਝੋ ਲੰਗਰ ਲਾਇਆ ਸੀ ਅਤੇ ਇਸ ਵਾਰ ਫਿਰ ਇਹ ਕਾਫੀ ਆਲਣੇ ਲੈ ਕੇ ਆਏ ਹੈ ਅਤੇ ਵਾਹਿਗੁਰੂ ਇਹਨਾਂ ਦੀ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਵੀ ਇੱਕ ਕਿਸਮ ਦੀ ਸੇਵਾ ਹੈ ਜੇ ਅਸੀਂ ਆਪਦੇ ਪੰਛੀਆਂ ਦੀ ਦੇਖਭਾਲ ਕਰਾਂਗੇ ਤਾਂ ਇਹ ਵੀ ਸਾਡਾ ਫਰਜ਼ ਬਣਦਾ ਦੇਖਭਾਲ ਕਰਨ ਦੀ ਪਰ ਮੈਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੂੰ ਇਹ ਸੇਵਾ ਦਾ ਫਲ ਜ਼ਰੂਰ ਮਿਲੂਗਾ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀ ਮਾਂ ਕਹਿੰਦੇ ਅੱਜ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਚਾਹੁੰਗੇ ਅੱਜ ਦੇ ਮੈਂ ਭੋਗ 'ਤੇ ਵੀ ਸੰਦੇਸ਼ ਦਿੱਤਾ ਸੀਗਾ ਵੀ ਸੱਚ 'ਤੇ ਚੱਲਣਾ ਆਪਦੀ ਮਿਹਨਤ ਆਪ ਕਰਨਾ ਅਤੇ ਸ਼ੁਭ ਦੀਪ ਮੰਗੂ ਪੱਗ ਕੇਸਾਂ ਦੀ ਸੰਭਾਲ ਕਰਨਾ ਵੀ ਜੇ ਉਹਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਉਹਦੇ ਜਿਹੜੇ ਮਤਲਬ ਸੀਗੇ ਰੂਲਸ ਸੀਗੇ ਉਹਨਾਂ ਨੂੰ ਫੋਲੋ ਕਰੋ ਬਸ ਮੇਰੀ ਇਹੀ ਉਹਨਾਂ ਨੂੰ ਬੇਨਤੀ ਸੋ ਇਹ ਸਨ ਮਾਤਾ ਚਰਨ ਕੌਰ ਹੁਣ ਗੁਰਦੁਆਰਾ ਸਾਹਿਬ ਜਾਇਆ ਜਾ ਰਿਹਾ ਔਰ ਉੱਥੇ ਜਿਹੜਾ ਪਾਠ ਦਾ ਭੋਗ ਹੈ ਉਸ ਤੋਂ ਬਾਅਦ ਇੱਕ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਉਹ ਲਗਾਇਆ ਜਾਣਾ